ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਅਨਿਚਰ ਸਕਰੀਨ 'ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ, ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ, ਜੀਪ, ਗੱਡੀ ਸੇਲ ਕਰਨੀ ਹੈ ਤਾਂ ਉਸਦੀਆਂ 5-7 ਫੋਟੋਆਂ ਨਾਲ ਹੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ 'ਤੇ ਵਟਸਐਪ ਕਰ ਦਿਓ। ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ 'ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਵਾਉਣੇ ਆਪਣੀ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖਿਆ ਕਰੋ ਅਤੇ ਸਹੀ ਜਾਣਕਾਰੀ ਦਿਓ। ਸੋ ਵੀਰੇ, ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਨੇ, ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਗਿਆ। ਸੋ ਉਸਦੇ ਰਿਗਾਰਡਿੰਗ ਦੱਸਣ ਲੱਗੇ ਵੀਰੇ, ਕਿਉਂਕਿ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ, ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ। ਜੋ ਪ੍ਰਾਈਜ਼ ਮੌਕੇ 'ਤੇ ਘੱਟ ਹੋਵੇਗਾ, ਮੌਕੇ 'ਤੇ ਡਿਸਕਾਊਂਟ ਕਰਨਗੇ ਵੀਰ। ਸੋ ਜੋ ਕਿ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ, ਮਾਲਕ ਵੀਰਾਂ ਨਾਲ ਫੋਨ 'ਤੇ ਕਨੈਕਟ ਕਰਕੇ ਰੇਟ ਵਗੈਰਾ ਆਪਣਾ ਮਾਰਕੀਟ ਵੈਲਿਊ ਵਾਲਾ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਚੀਜ਼ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰਿਆ ਕਰੋ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲੀ ਆਪਣੇ ਕੋਲ, 6 ਗੱਡੀਆਂ ਨੇ ਵੀਰੇ। ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ 800 ਗੱਡੀ ਹੈ, ਟਾਟਾ ਇੰਡੀਕਾ ਗੱਡੀ ਹੈ, ਹੋਂਡਾ ਸਿਟੀ ਗੱਡੀ ਹੈ, ਟਾਟਾ ਸਫਾਰੀ ਗੱਡੀ ਹੈ, ਮਰੂਤੀ ਸਵਿਫਟ BDI ਹੈ, ਅੰਬੈਸਟਰ ਗੱਡੀ ਹੈ। ਇਹ 6 ਗੱਡੀਆਂ ਨੇ ਵੀਰੇ ਸੇਲ ਲਈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਮਰੂਤੀ 800 ਬਾਰੇ। ਮਰੂਤੀ 800 ਵੀਰੇ 2004 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। 2004 ਮਾਡਲ ਹੈ ਵੀਰੇ, 800 ਵਰਜਨ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਉਹ ਟਾਇਰ ਨੇ 40-45 ਪੈਸੇ ਟਾਇਰ ਨੇ, ਬੇਦਾਗ, ਸਾਫ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਅਲਾਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲਾਏ ਵੀ ਲੱਗੇ ਨੇ। ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਰੰਗ ਪੇਂਟ ਗੱਡੀ ਦਾ ਸਾਫ਼ ਸੁਥਰਾ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨਡ ਹੈ ਗੱਡੀ। ਬਾਡੀ ਲਾਈਨ ਦੀ ਸਾਫ਼ ਸੁਥਰੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਦੇਖ ਸਕਦੇ ਹੋ। ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਦੇਖ ਸਕਦੇ ਹੋ ਤੁਸੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਵਧੀਆ ਕੁਆਲਿਟੀ ਦੇ ਸ਼ੀਟ ਕਵਰ ਵਗੈਰਾ ਲੱਗੇ ਹੋਏ ਨੇ, ਨੌਨ ਏਸੀ ਵੇਰੀਐਂਟ ਹੈ। ਬਾਕੀ ਇੰਟੀਰੀਅਰ ਸਾਫ਼ ਸੁਥਰਾ ਵੀਰੇ, ਮੈਟਿੰਗ ਵਗੈਰਾ ਹੋਈ ਵੀ ਹੈ ਗੱਡੀ ਦੀ, ਕੋਈ ਇੰਟੀਰੀਅਰ ਗਲਾ ਸੜਿਆ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਨੰਬਰ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਮੋਗਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 40,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ। ਨੰਬਰ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਹਾਂਜੀ ਵੀਰੇ, ਆਪਾਂ ਨੂੰ ਟਾਟਾ ਇੰਡੀਕਾ ਗੱਡੀ ਦਿਖਾ ਰਹੀ ਹੈ, ਟਾਟਾ ਇੰਡੀਕਾ ਬੈਸਟਾ ਵੀਰੇ, 2010 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। 2010 ਮਾਡਲ ਹੈ ਗੱਡੀ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, 1,00,000 ਦੇ ਕਰੀਬ ਚੱਲੀ ਵੀ ਹੈ, ਓਰੀਜਨਲ ਚੱਲੀ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਬੰਪਰ ਟੂ ਬੰਪਰ ਸਾਰਾ ਓਰੀਜਨਲ, ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ। ਸਾਫ਼ ਸੁਥਰਾ ਰੰਗ ਪੇਂਟ ਹੈ ਵੀਰੇ, ਬਾਕੀ ਇੰਟੀਰੀਅਰ ਗੱਡੀ ਦਾ ਸਾਫ਼ ਸੁਥਰਾ ਹੈ, ਵਧੀਆ ਕੁਆਲਿਟੀ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਗੱਡੀ ਦੇ ਉਹ ਟਾਇਰ ਨੇ 75-80 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਅਲਾਏ ਵੀ ਲੱਗੇ ਹੋਏ ਨੇ, ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਇੰਟੀਰੀਅਰ ਸਾਫ਼ ਸੁਥਰਾ ਹੈ ਵੀਰੇ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਪਾਵਰ ਗੱਡੀ ਹੈ, ਪਾਵਰ ਸਟੇਅਰਿੰਗ ਹੈ, ਪਾਵਰ ਵਿੰਡੋਜ਼ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਨੰਬਰ ਗੱਡੀ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਹੁਸ਼ਿਆਰਪੁਰ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ 1,20,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ। ਨੰਬਰ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ। ਮਰੂਤੀ ਸਵਿਫਟ ਵੀਰੇ 2007 ਮਾਡਲ ਗੱਡੀ ਹੈ, BDI ਵੇਰੀਐਂਟ ਹੈ, 2007 ਮਾਡਲ ਹੈ ਗੱਡੀ, ਡੀਜ਼ਲ ਵਰਜਨ ਦੇ ਵਿੱਚ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਗੱਡੀ ਦੇ ਜੋ ਟਾਇਰ ਨੇ 50-55 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਅਲਾਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲਾਏ ਵੀ ਲੱਗੇ ਨੇ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਮਾਈਨਰ ਟੱਚਿੰਗ ਹੈ, ਬਾਕੀ ਕੋਈ ਮੇਜਰ ਐਕਸੀਡੈਂਟਡ ਵਗੈਰਾ ਨਹੀਂ, ਗੱਡੀ ਡੈਮੇਜ ਵਗੈਰਾ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਬਿਲਕੁਲ ਓਕੇ ਚੱਲਦੀ ਹੈ ਵੀਰੇ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ, LED ਸਕਰੀਨ ਲੱਗੀ ਵੀ ਹੈ, ਟੱਚ ਸਿਸਟਮ ਲੱਗਿਆ ਹੋਇਆ, ਸੈਂਟਰ ਲੌਕ ਹੈ ਗੱਡੀ, ਪਾਵਰ ਸਟੇਅਰਿੰਗ ਹੈ, ਪਾਵਰ ਵਿੰਡੋਜ਼ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਨੰਬਰ ਹੈ ਵੀਰੇ, ਫੈਂਸੀ ਨੰਬਰ ਹੈ, 2022 ਤੱਕ ਪਾਸਿੰਗ ਹੈ, 22 ਤੱਕ ਇੰਸ਼ੋਰੈਂਸ ਹੋਇਆ ਹੋਇਆ, ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਏਰੀਆ ਵੀਰੇ
ਸ਼੍ਰੀ ਅੰਮ੍ਰਿਤਸਰ ਸਾਹਿਬ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲੇ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ 1,75,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਹੋਂਡਾ ਸਿਟੀ ਗੱਡੀ ਦਿਖਾ ਰਹੇ ਹਾਂ। ਹੋਂਡਾ ਸਿਟੀ ਵੀਰੇ 2007 ਮਾਡਲ ਗੱਡੀ ਹੈ, ਜੈੱਡ ਐਕਸ ਵਰਜਨ ਹੈ, 2007 ਮਾਡਲ ਹੈ ਗੱਡੀ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਗੱਡੀ ਦੇ ਜੋ ਟਾਇਰ ਨੇ 60-70 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰੀਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਵੀਰੇ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਬਾਕੀ ਕੋਈ ਮੇਜਰ ਐਕਸੀਡੈਂਟ ਵਗੈਰਾ ਨਹੀਂ ਗੱਡੀ, ਕੋਈ ਡੈਮੇਜ ਵਗੈਰਾ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਵੀਰੇ, ਕੋਈ ਐਕਸਟਰਾ ਸਾਊਂਡ ਵਗੈਰਾ ਨਹੀਂ, ਐਕਸਟਰਾ ਨੋਇਸ ਵਗੈਰਾ ਨਹੀਂ, ਪ੍ਰੋਪਰਲੀ ਵਰਕ ਕਰਦਾ ਇੰਜਨ ਗੇਅਰ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ। CNG ਕਿੱਟ ਲੱਗੀ ਵੀ ਹੈ ਵੀਰੇ, ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਕੁਆਲਿਟੀ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਦਿੱਲੀ ਨੰਬਰ ਹੈ, NOC ਵਗੈਰਾ ਅਵੇਲੇਬਲ ਹੈ, ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ। ਏਰੀਆ ਵੀਰੇ ਬਠਿੰਡਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲੇ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ 1,25,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਅੰਬੈਸਟਰ ਗੱਡੀ ਦਿਖਾ ਰਹੀ ਹੈ, ਅੰਬੈਸਟਰ ਵੀਰੇ 2006 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, 2006 ਮਾਡਲ ਹੈ ਗੱਡੀ, ਟੌਪ ਮਾਡਲ ਹੈ ਵੀਰੇ, ਗ੍ਰੈਂਡ ਵਰਜਨ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਸੈਕਿੰਡ ਓਨਰ ਗੱਡੀ ਹੈ, ਦੂਜੇ ਮਾਲਕ ਕੋਲ ਗੱਡੀ ਹੈ, ਵੈਲ ਮੇਨਟੇਨਡ ਹੈ, ਗੱਡੀ ਦੇ ਜੋ ਟਾਇਰ ਨੇ 60-70 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰੀਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਵੀਰੇ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਮਾਈਨਰ ਟੱਚਿੰਗ ਹੈ, ਬਾਕੀ ਕੋਈ ਮੇਜਰ ਐਕਸੀਡੈਂਟ ਵਗੈਰਾ ਨਹੀਂ ਗੱਡੀ, ਡੈਮੇਜ ਵਗੈਰਾ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਕੋਈ ਐਕਸਟਰਾ ਸਾਊਂਡ ਵਗੈਰਾ ਨਹੀਂ, ਐਕਸਟਰਾ ਨੋਇਸ ਵਗੈਰਾ ਨਹੀਂ, ਪ੍ਰੋਪਰਲੀ ਵਰਕ ਕਰਦਾ ਇੰਜਨ ਗੇਅਰ, ਇੱਕਦਮ ਸਾਈਲੈਂਟ ਗੱਡੀ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਹੋਏ ਨੇ, ਮੈਟਿੰਗ ਵਗੈਰਾ ਹੋਈ ਵੀ ਹੈ, ਬਾਕੀ ਟੌਪ ਮਾਡਲ ਹੈ ਵੀਰੇ, ਏਸੀ ਹੀਟਰ ਬਿਲਕੁਲ ਓਕੇ ਚੱਲਦਾ, ਪਾਵਰ ਵਿੰਡੋਜ਼ ਹੈ, ਪਾਵਰ ਸਟੇਅਰਿੰਗ ਹੈ ਗੱਡੀ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਨੰਬਰ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਮੰਡੀ ਗੋਬਿੰਦਗੜ੍ਹ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲੇ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ 80,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਟਾਟਾ ਸਫਾਰੀ ਗੱਡੀ ਦਿਖਾ ਰਹੇ ਹਾਂ, ਟਾਟਾ ਸਫਾਰੀ ਵੀਰੇ 2008 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, 2.2 BX ਵਰਜਨ ਹੈ ਵੀਰੇ, 2008 ਮਾਡਲ ਹੈ ਗੱਡੀ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਗੱਡੀ ਦੇ ਜੋ ਟਾਇਰ ਨੇ 60-70 ਪੈਸੇ ਟਾਇਰ ਨੇ, ਬੇਦਾਗ ਸਾਫ਼ ਸੁਥਰੇ ਵਧੀਆ ਓਰੀਜਨਲ ਟਾਇਰ ਨੇ, ਅਲੋਏ ਵੀ ਲੱਗੇ ਹੋਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲੋਏ ਵੀ ਲੱਗੇ ਨੇ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਵੀਰੇ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਵੈਲ ਮੇਨਟੇਨਡ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ, ਕੋਈ ਡੈਮੇਜ ਵਗੈਰਾ ਨਹੀਂ, ਕੋਈ ਐਕਸੀਡੈਂਟ ਨਹੀਂ, ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, 95,000 ਕਿਲੋਮੀਟਰ ਚੱਲੀ ਵੀ ਹੈ, ਓਰੀਜਨਲ ਚੱਲੀ ਹੈ, ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ, ਸਾਈਲੈਂਟ ਇੰਜਨ ਹੈ ਵੀਰੇ, ਸੀਲਡ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ, ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ, ਬਾਕੀ ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਵਗੈਰਾ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ, ਰੂਫ ਏਸੀ ਵਾਲਾ ਵਰਜਨ ਹੈ ਵੀਰੇ, ਟੌਪ ਮਾਡਲ ਗੱਡੀ ਹੈ, ਸੈਂਟਰ ਲੌਕ ਹੈ, ਪਾਵਰ ਸਟੇਅਰਿੰਗ ਹੈ, ਪਾਵਰ ਵਿੰਡੋਜ਼ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ, ਪੰਜਾਬ ਨੰਬਰ ਗੱਡੀ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ, VIP ਨੰਬਰ ਹੈ। ਏਰੀਆ ਵੀਰੇ ਰਾਜਪੁਰਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲੇ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ 1,90,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ, ਅਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ। ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਵਿੱਚ ਆਪਾਂ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ, ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ, ਅਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ। ਉਮੀਦ ਕਰਦੇ ਮੇਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਆਪਣੇ ਹੋ ਵੀਰਾਂ ਨੂੰ ਹੈ, ਜੋ ਆਪਾਂ ਨੂੰ ਐਡ ਕਰਵਾਉਣੀ ਮਸ਼ੀਨਰੀ ਸੈਂਡ ਕਰਦੇ ਨੇ, ਸੋ ਪਲੀਜ਼ ਵੀਰੇ ਰਿਕੁਐਸਟ ਹੈ, ਜੋ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਆਪਾਂ ਨੂੰ ਮਸ਼ੀਨਰੀ ਸੈਂਡ ਕਰਦਾ, ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਆ ਕਰੋ, ਕਿਉਂਕਿ ਵੀਰੇ ਰੇਟ ਬਾਰੇ ਵੀਰਾਂ ਦੀ ਬਹੁਤ ਕੰਪਲੇਂਟ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਜਾਂਦਾ। ਸੋ ਉਸਦੇ ਰਿਗਾਰਡਿੰਗ ਵੀਰੇ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਜੋ ਕੋਈ ਵੀਰ ਐਡ ਕਰਵਾਉਣ ਲਈ ਆਪਾਂ ਨੂੰ ਮਸ਼ੀਨਰੀ ਸੈਂਡ
ਜ਼ਿਆਦਾ ਰੇਟ ਰੱਖਣ ਕਾਰਨ ਵੀਰੇ ਚੀਜ਼ਾਂ ਸੇਲ ਵੀ ਨਹੀਂ ਹੋ ਪਾਉਂਦੀਆਂ ਅਤੇ ਨਾਲ ਹੀ ਉਸ ਚੀਜ਼ ਦਾ ਆਪਣੇ ਜਨਰਲ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਨੰਬਰ 2 ਵੀਰੇ, ਕਈ ਮੇਰੇ ਵੀਰ ਫੇਕ ਜਾਣਕਾਰੀ ਦਿੰਦੇ ਨੇ, ਐਕਸੀਡੈਂਟਲ ਗੱਡੀਆਂ ਨੂੰ, ਟੱਚਿੰਗ ਵਾਲੀਆਂ ਗੱਡੀਆਂ ਨੂੰ ਓਰੀਜਨਲ ਦਾ ਸਕੈਡ ਕਰਵਾ ਲੈਂਦੇ ਨੇ। ਜਦੋਂ ਕੋਈ ਵੀਰ ਖਰੀਦ ਲਿਆ ਉਹਨਾਂ ਕੋਲ ਵਿਜਿਟ ਕਰਦਾ ਜਾਂਦਾ ਹੈ, ਉਦੋਂ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ। ਸੋ ਇਹਨਾਂ ਚੀਜ਼ਾਂ ਕਰਕੇ ਵੀਰਾਂ ਦਾ ਟਾਈਮ ਅਤੇ ਪੈਸਾ ਦੋਨੋਂ ਵੇਸਟ ਹੁੰਦੇ ਨੇ ਜੋ ਵੀਰ ਤੁਹਾਡੇ ਕੋਲ ਵਿਜਿਟ ਕਰਦੇ ਨੇ ਵੀਰੇ, ਨਾਲ ਹੀ ਆਪਣੇ ਚੈਨਲ 'ਤੇ ਵੀ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ ਹੈ। ਚੀਜ਼ਾਂ ਦਾ ਰੇਟ ਉਹੀ ਰੱਖਿਆ ਕਰੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਬਣਦਾ ਹੈ। ਜਾਣਕਾਰੀ ਬਿਲਕੁਲ ਸਹੀ ਪ੍ਰੋਵਾਈਡ ਕਰਵਾਇਆ ਕਰੋ, ਫੋਨ ਨੰਬਰ ਵਗੈਰਾ ਆਪਣਾ ਉਹ ਦਿਆ ਕਰੋ ਜਾਂ ਤੁਸੀਂ ਰੈਗੂਲਰ ਯੂਜ਼ ਕਰਦੇ ਹੋ, ਤਾਂ ਜੋ ਆਸਾਨੀ ਨਾਲ ਵੀਰੇ ਤੁਹਾਡੇ ਨਾਲ ਕਨੈਕਟ ਵਗੈਰਾ ਹੋ ਸਕੇ ਅਤੇ ਵੀਰ ਤੁਹਾਡੇ ਕੋਲ ਆਸਾਨੀ ਨਾਲ ਵਿਜਿਟ ਕਰ ਸਕਣ ਅਤੇ ਤੁਹਾਡੀ ਚੀਜ਼ ਬਾਰੇ ਸਹੀ ਜਾਣਕਾਰੀ ਵਗੈਰਾ ਲੈ ਕੇ ਸਹੀ ਰੇਟ ਦੇ ਉੱਪਰ ਚੀਜ਼ ਖਰੀਦ ਸਕਣ। ਇਹਨਾਂ ਚੀਜ਼ਾਂ ਕਰਕੇ ਵੀਰੇ ਆਪਣੇ ਵੀਰਾਂ ਦਾ ਟਾਈਮ ਅਤੇ ਪੈਸਾ ਦੋਨਾਂ ਦੀ ਬੱਚਤ ਕਰੋ, ਨਾਲ ਹੀ ਤੁਹਾਡੀਆਂ ਚੀਜ਼ਾਂ ਵੀ ਹੱਥੋਂ ਹੱਥੀ ਘਰੋਂ ਸੇਲ ਹੋਣਗੀਆਂ, ਨਾਲ ਹੀ ਵੀਰੇ ਇਸ ਚੀਜ਼ ਦਾ ਆਪਣੇ ਚੈਨਲ 'ਤੇ ਵੀ ਚੰਗਾ ਪ੍ਰਭਾਵ ਪਵੇਗਾ। ਸੋ ਥੈਂਕ ਯੂ ਵੀਰੇ, ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ।